ਜਿੱਥੇ ਸਾਡਾ ਲੈਟਰੀਨ ਦਾ ਲੋਟਾ ਮਹਿਫੂਜ਼ ਨਹੀਂ, ਜਿਹੜਾ ਹਾਲਾਂਕਿ ਚਾਰ ਦੀਵਾਰੀ ਦੇ ਵਿੱਚ ਪਿਆ, ਲੁੱਕਾ ਪਿਆ, ਉੱਥੇ ਸਾਡੀ ਦੋ ਮਨ ਦੀ ਲਾਸ਼ ਵਾਲੀ ਧੀ ਮਹਿਫੂਜ਼ ਹੈ। ਉਹ ਜਿਹਨਾਂ ਨੂੰ ਯੂਨੀਵਰਸਿਟੀਆਂ 'ਚ ਵੰਜ ਤੇ ਛੋੜ ਆਉਂਦੇ ਹੋ ਆਪਣੇ ਹੱਥਾਂ ਨਾਲ, ਕਾਲਜ ਦੇ ਬੂਹੇ 'ਤੇ ਵੰਜ ਛੋੜ ਆਉਂਦੇ ਹੋ। ਤੂੰ ਸਮਝੈਨਾ ਜੀ, ਮੈਂ ਪਿਓ ਧੀ ਨੂੰ ਛੋੜ ਵੀ ਆਉਂਦਾ ਅਤੇ ਲੈ ਵੀ ਆਉਂਦਾ। ਮਗਰ ਤੂੰ ਉੱਥੇ ਪੜ੍ਹਾਈ ਵਾਸਤੇ ਨਹੀਂ ਛੋੜ ਆਉਂਦਾ, ਔਰ ਇਸ ਦੇ ਨਤਾਇਜ ਤੂੰ ਖੁਦ ਡਿੱਠੀ ਵੀ ਵਧਾਏ, ਭੁਗਤੀ ਵੀ ਵਧਾਏ। ਮਗਰ ਪਰਦੇ ਇਤਨੇ ਪੈ ਚੁੱਕੇ ਹਨ ਕਿ ਅੱਜ ਤੈਨੂੰ ਸਿੱਧੀ ਗੱਲ ਸੁਣਨ ਵੀ ਗਵਾਰਾ ਨਹੀਂ ਹੈ। ਯੋਕਸੀਲੋ ਇਹ ਨਵਾਂ ਮੌਲਵੀ ਆਏ ਨੇ, ਧੀਆਂ ਦੀ ਤਾਲੀਮ ਦੇ ਖਿਲਾਫ ਬੈਠਾ ਬੋਲਿਆ ਨਾ, ਲੱਖ ਲਾਨਤ ਹੈ ਯਾਰ। ਧੀਆਂ ਦੀ ਤਾਲੀਮ ਦਾ ਮੁਖਾਲਿਫ ਕੌਣ ਹੈ? ਓਏ ਸਭ ਤੋਂ ਪਹਿਲੇ ਮੁਹੰਮਦ ਪਾਕ ਨੇ ਆਪਣੇ ਬਿਸਤਰੇ ਤੇ ਬਿਠਾ ਕੇ ਐਸ਼ਾ ਨੂੰ ਕੁਰਾਨ ਦੀ ਤਫਸੀਰ ਪੜਾਈ। ਇਹ ਤਾਲੀਮ ਤੈਨੂੰ ਪੜਦੀ ਹੈ? ਜਿਸ ਤਾਲੀਮ ਨਾਲ ਤੇਰਾ ਪੂਰਾ ਖਾਨਦਾਨ ਸ਼ਰਮ ਹਯਾ ਬਣਨਾ ਹੈ, ਤੂੰ ਮਖਲੂਤ ਯੂਨੀਵਰਸਿਟੀਆਂ ਦੇ ਅੰਦਰ ਛੋੜ ਕੇ ਜਿੱਥੇ ਛੋਅਰ ਵੀ ਤੇ ਛੋਰੀ ਵੀ ਹੈ, ਤੈਨੂੰ ਪਤਾ ਹੀ ਨਹੀਂ ਹੁੰਦਾ ਜੋ ਉਹ ਕਿਤਨੀ ਵਾਰੀ ਹਮਲ ਗਿਰਾ ਚੁੱਕੀ ਹੁੰਦੀ ਹੈ, ਤੈਨੂੰ ਪਤਾ ਹੀ ਨਹੀਂ ਹੁੰਦਾ ਉਹ ਨਿਕਾਹ ਕਰਕੇ ਕਿਤਨੇ ਬੱਚੇ ਬਣਾ ਚੁੱਕੀ ਹੁੰਦੀ ਹੈ। ਤੂੰ ਸਮਝੈਨਾ ਬਈ ਉਹ ਹਾਸਟਲ 'ਚ ਰਹਿ ਰਹੀ ਹੈ? ਇਹ ਤਾਂ ਹੋਵੇ ਹਾ ਜੇ ਸਾਡੇ ਮੁਲਕ ਦੇ ਅੰਦਰ ਇਸਲਾਮੀ ਕਾਨੂੰਨ ਹੁੰਦਾ, ਕੋਈ ਸ਼ਰੀ ਕਾਨੂੰਨ ਹੁੰਦਾ, ਇਸਲਾਮੀ ਨਿਜ਼ਾਮ ਹੁੰਦਾ। ਇਹ ਜੂ ਦਾ ਬਣਿਆ ਅਸਾਂ ਉਹੇ ਅੰਗਰੇਜ਼ ਦੇ ਅੰਗਰੇਜ਼ ਆਏ, ਅਤੇ ਫਿਰ ਤੂੰ ਕੀ ਸਮਝ ਕੇ ਆਪਣੀ ਧੀ ਨੂੰ ਕਲਿਆਂ ਛੋੜ ਕੇ ਆਉਂਦਾ? ਹਾਂ ਬਾ ਪਰਦਾ ਉਹਨੂੰ ਰੱਖ ਤੇ ਉਹਨੂੰ ਤਾਲੀਮ ਸੋਹਣੇ ਮੁਹੰਮਦ ਦੀ ਸੋਹਣੀ ਸੀਰਤ ਤੇ ਸ਼ਰੀਆ ਦੀ ਦੇ। ਹੈਂ, ਉਹ ਵੀ ਤਾਂ ਮਾਂ ਹਾਈ ਜਿਹੜੀ ਅਜੇ ਟੁਰਦੀ ਵਧੀ ਹੋਵੇ ਆ, ਤੇ ਜਿਬਰੀਲ ਪਹਿਲੇ ਮੁਹੰਮਦ ਕੋਲੋਂ ਉਹਦੇ ਸਲਾਮ ਲੈ ਕੇ ਆਵੈਂਦਾ, ਉਹ ਹਾਈ ਫਾਤਮਾ ਬਿੰਤ ਮੁਹੰਮਦ ਰਸੂਲ। ਜੇ ਮਾਵਾਂ ਇੰਜ ਦੀਆਂ ਹੋਵੇਨ ਤਾਂ ਵੱਲ ਰੱਬ ਪੁੱਤਰ ਵੀ ਹੁਸੈਨ ਵਰਗੇ ਨਸੀਬ ਹੈ। ਤੇ ਜਦੋਂ ਸਾਡੀਆਂ ਬੈਠੀਆਂ ਹੋਵੇ ਇੰਡੀਆ ਦਾ ਡਰਾਮਾ ਲਾ ਕੇ, ਤੇ ਅੱਗੂ ਟੀ ਵੀ ਚੱਲਦਾ ਪਿਆ, ਨਾਲ ਦੁੱਧ ਵੀ ਪਿਵੈਂਦੀ ਬੈਠੀ, ਅੱਗੂ ਡਰਾਮਾ ਵੀ ਬੋਲੋ, ਇਹ ਦੁੱਧ ਨਹੀਂ ਆਉਂਦਾ, ਇਹ ਮਾਂ ਜਿਗਰ ਦਾ ਖੂਨ ਪਿਲਾ ਰਹੀ ਹੁੰਦੀ ਹੈ। ਤੇ ਜਿਹੜਾ ਕੁਝ ਉਹ ਅਸਰ ਉਦੋਂ ਲੈਂਦੀ ਪਈ ਹੈ, ਉਹ ਕੁਝ ਉਹਦੇ ਮੁੰਤਕਿਲ ਕਰੇਂਦੀ ਪਈ ਹੈ। ਤੇ ਬਸ ਸੜੈਂਦੇ ਕਿਆ ਹੈ ਮੁਸਲਮਾਨ? ਨਾਰਾਜ਼ ਤਾਂ ਨਹੀਂ ਹੁੰਦੇ? ਹੋ ਸਹੀ, ਤਾਂ ਗੱਲ ਤਾਂ ਸੱਚੀ ਮੈਂ ਕੀਤੀ ਹੈ ਤੁਹਾਨੂੰ, ਮਗਰ ਅਲ ਹੱਕ ਮੁਰਰਨ ਵਲਉ ਕਾਨ ਦੁਰਰਾ। ਹੱਕ ਹੁੰਦਾ ਜੋ ਕੜਵਾ ਹੋਇਆ, ਮਗਰ ਕੜਵਾ ਉਹਨੂੰ ਲੱਗਦਾ ਜਿਹੜਾ ਸ਼ੂਗਰ ਦਾ ਮਰੀਜ਼ ਹੋਵੇ। ਜਿਹੜਾ ਇਮਾਨਦਾਰ ਹੋਵੇ ਨਾ, ਉਹਨੂੰ ਹੱਕ ਕੜਵਾ ਨਹੀਂ ਲੱਗਦਾ।